ਹੈਲੋ ਦੋਸਤੋ, ਵੈਲਕਮ ਟੂ ਬੈਕ ਮਾਈ ਚੈਨਲ ਕਾਰਦੀਪ ਸਿੰਘ। ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਜਿਸ ਵਿੱਚ ਦੱਸਾਂਗੇ ICICI ਲੰਬੋਰ, ਠੀਕ ਹੈ, ਜੋ ਇੰਸ਼ੋਰੈਂਸ ਕੰਪਨੀ ਹੈ ਉਹਦੇ ਵਿੱਚ ਆਪਾਂ ਥਰਡ ਪਾਰਟੀ ਇੰਸ਼ੋਰੈਂਸ ਕਿੱਦਾਂ ਅਪਲਾਈ ਕਰ ਸਕਦੇ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਆਪਾਂ ਆਪਣਾ ਡਿਜੀਟਲ ਸੇਵਾ ਪੋਰਟਲ ਲੌਗਇਨ ਕਰ ਲੈਣਾ। ਲੌਗਇਨ ਕਰਨ ਤੋਂ ਬਾਅਦ ਤੁਸੀਂ ਇੱਥੇ ਵੇਖ ਸਕਦੇ ਜੇ ਇੰਸ਼ੋਰੈਂਸ ਵਾਲੀ ਆਪਸ਼ਨ ਜੀ ਆ ਕੇ ICICI ਲੰਬੋਰ ਮੋਟਰ ਥਰਡ ਪਾਰਟੀ ਇੰਸ਼ੋਰੈਂਸ 'ਤੇ ਕਲਿੱਕ ਕਰਕੇ ਆ ਜਾਣਾ। ਇਹਨਾਂ ਦੇ ਪੋਰਟਲ 'ਤੇ ਆ ਜਾਣਾ, ਇਹ ਤੁਹਾਡਾ ਪੋਰਟਲ ਲੌਗਇਨ ਹੋ ਜੂਗਾ। ਇੱਧਰਲੀ ਸਾਈਡ ਤੁਸੀਂ ਵੇਖ ਸਕਦੇ ਜੀ ਆਪਣੇ ਟੂ ਵੀਲਰ ਜੋ ਕਿ ਫੁੱਲ ਇੰਸ਼ੋਰੈਂਸ ਇੱਥੋਂ ਹੋਵੇਗੀ, ਠੀਕ ਹੈ ਜੀ। ਇੱਧਰਲੀ ਸਾਈਡ ਆ ਰਿਹਾ ਟੂ ਵੀਲਰ TP, ਮਤਲਬ ਟੂ ਵੀਲਰ ਥਰਡ ਪਾਰਟੀ ਇੰਸ਼ੋਰੈਂਸ 'ਤੇ ਆਪਾਂ ਕਲਿੱਕ ਕਰ ਦਿੰਦੇ। ਕਰਨ ਤੋਂ ਬਾਅਦ ਆਪਾਂ ਇੱਥੇ ਇਸ਼ੂ ਪੋਲਿਸੀ 'ਤੇ ਕਲਿੱਕ ਕਰਾਂਗੇ, ਠੀਕ ਹੈ ਜੀ। ਇੱਥੇ ਆਪਾਂ ਪਹਿਲਾਂ ਆਪਣਾ ਰਜਿਸਟ੍ਰੇਸ਼ਨ ਨੰਬਰ ਪਾਵਾਂਗੇ, ਠੀਕ ਹੈ ਜੀ। ਗੈਟ RTO ਡਿਟੇਲ ਕਲਿੱਕ ਕਰਾਂਗੇ, ਠੀਕ ਹੈ ਜੀ। ਇੱਥੇ ਆਪਾਂ ਪਹਿਲਾਂ ਪਾਵਾਂਗੇ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਠੀਕ ਹੈ ਜੀ। ਆਪਾਂ ਤਰਨ ਤਾਰਨ ਸਿਲੈਕਟ ਕਰਨਾ, ਠੀਕ ਹੈ। ਤਰਨ ਤਾਰਨ ਸਿਲੈਕਟ ਕਰਨ ਤੋਂ ਬਾਅਦ ਆਪਾਂ ਸਟੇਟ ਸਿਲੈਕਟ ਕਰਾਂਗੇ, ਪੰਜਾਬ। ਪੰਜਾਬ ਕਰਨ ਤੋਂ ਬਾਅਦ ਆਪਾਂ ਇੱਥੇ ਮੈਨੂਫੈਕਚਰਿੰਗ ਜਿਹੜੀ ਕੰਪਨੀ ਦੀ ਇਸ ਚੀਜ਼ ਆ ਉਹ ਆਪਾਂ ਕੰਪਨੀ ਦਾ ਨਾਂ ਪਾਵਾਂਗੇ, ਠੀਕ ਹੈ ਜੀ। ਇੱਥੇ ਆਪਾਂ ਜਿਹੜਾ ਮੋਡਲ ਸਿਲੈਕਟ ਕਰਾਂਗੇ, ਜਿਹੜੀ ਵੀ ਮੋਡਲ ਹੈਗਾ, ਠੀਕ ਹੈ ਜੀ। ਮੋਡਲ ਸਿਲੈਕਟ ਕਰਨ ਤੋਂ ਬਾਅਦ ਆਪਾਂ ਇੱਥੇ ਗੈਟ ਕੰਟੈਂਟ ਪਹਿਲਾਂ ਪੁੱਛੇਗੀ, ਪਹਿਲਾਂ ਇੱਥੇ ਆ ਜਾਏਗੀ। ਇੱਥੇ ਆਪਾਂ ਨੋ ਕਰ ਦੇਣਾ, ਠੀਕ ਹੈ, ਪਲੀਜ਼ ਵੇਟ, ਠੀਕ ਹੈ ਜੀ। ਗੈਟ ਕਰਾਂਗੇ। ਜੇ ਵੀਡੀਓ ਚੰਗੀ ਲੱਗੀ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ, ਠੀਕ ਹੈ ਜੀ। ਮੈਂ ਆਲਰੇਡੀ ਦੋ ਵੀਡੀਓਆਂ ਦੋ ਕੰਪਨੀ ਦੀਆਂ ਸੋਰਸ ਦੀਆਂ ਵੀਡੀਓਆਂ ਅਪਲੋਡ ਕਰ ਚੁੱਕਾ, ਜਿਹਦੇ ਵਿੱਚ ਮੈਂ HDFC ਅਤੇ ਰਿਲਾਇੰਸ ਕੰਪਨੀ ਦੀ ਇੰਸ਼ੋਰੈਂਸ ਅਪਲਾਈ ਕਰਨਾ ਦੱਸਿਆ ਵਾ, ਠੀਕ ਹੈ ਜੀ। ਇੱਥੇ ਤੁਸੀਂ ਵੇਖ ਸਕਦੇ ਆਪਣੀ 1330 ਰੁਪਏ ਦੀ ਇੰਸ਼ੋਰੈਂਸ ਆ ਰਹੀ ਹੈ। ਇੱਥੇ ਜੇ ਤੁਸੀਂ ਇੱਥੋਂ ਆਹ ਵਾਲੀ ਆਪਸ਼ਨ ਤੇ ਤੁਸੀਂ ਕਲਿੱਕ ਕਰੋਗੇ ਤਾਂ ਇੰਸ਼ੋਰੈਂਸ ਥੋੜ੍ਹੀ ਘੱਟ ਹੋ ਜੂਗੀ, ਠੀਕ ਹੈ ਜੀ। ਇੱਥੇ ਆਪਾਂ ਕਲਿੱਕ ਕਰਦੇ ਹਾਂ, ਠੀਕ ਹੈ ਜੀ। ਕਲਿੱਕ ਕਰਦੇ ਹਾਂ, ਕਲਿੱਕ ਕਰਨ ਤੋਂ ਬਾਅਦ ਗੈਟ ਅਕਾਊਂਟ 'ਤੇ ਕਲਿੱਕ ਕਰਾਂਗੇ, ਠੀਕ ਹੈ ਜੀ। ਇਹ ਤੁਸੀਂ ਵੇਖ ਸਕਦੇ ਹੋ ਜੋ ਆਪਾਂ HDFC ਜ਼ਿਆਦਾਤਰ ਕੰਪਨੀਆਂ 'ਚ ਇੰਸ਼ੋਰੈਂਸ ਅਪਲਾਈ ਕਰਦੇ ਹਾਂ ਉਹ ਓਨੀ ਇੰਸ਼ੋਰੈਂਸ ਆਪਣੀ ਆ ਚੁੱਕੀ ਹੈ, ਠੀਕ ਹੈ ਜੀ। ਆਹ ਤੁਸੀਂ ਵੇਖ ਸਕਦੇ ਜੀ, ਇਹ ਸਾਰਾ ਕੁਝ ਸਿਲੈਕਟ ਇੱਥੇ ਆਪਾਂ ਮੋਟਰ ਸਿਲੈਕਟ ਕਰਨ ਤੋਂ ਬਾਅਦ ਆਪਾਂ ਨੂੰ ਇੱਥੇ ਕ੍ਰੀਏਟ ਆ ਕਸਟਮਰ 'ਤੇ ਕਲਿੱਕ ਕਰਾਂਗੇ, ਠੀਕ ਹੈ ਜੀ। ਟਾਈਟਲ ਸਿਲੈਕਟ ਕਰਾਂਗੇ, ਨੇਮ ਭਰਾਂਗੇ ਉਹਨਾਂ ਦੇ। ਨੇਮ ਭਰਨ ਤੋਂ ਬਾਅਦ ਉਹਨਾਂ ਦਾ ਐਡਰੈਸ, ਠੀਕ ਹੈ ਜੀ, ਲੈਂਡਮਾਰਕ, ਸਿਟੀ, ਸਾਰਾ ਕੁਝ ਕਰਕੇ, ਠੀਕ ਹੈ। ਗੈਟ ਪ੍ਰਪੋਜ਼ਲ ਡਿਟੇਲ ਕਰਨ ਤੋਂ ਬਾਅਦ ਤੁਹਾਡੀ ਪੇਮੈਂਟ ਦੀ ਆਪਸ਼ਨ, ਚੈੱਕ ਦੀ ਆਪਸ਼ਨ ਆਜੂਗੀ। ਚੈੱਕ ਦੀ ਆਪਸ਼ਨ ਤੋਂ ਬਾਅਦ ਤੁਹਾਡੇ ਆਜੂਗੀ ਪੇਮੈਂਟ ਦੀ ਆਪਸ਼ਨ। ਤੁਸੀਂ ਆਪਣੇ ਡਿਜੀਟਲ ਸੇਵਾ ਪੋਰਟਲ ਦੇ ਥਰੂ ਤੁਸੀਂ ਇਸਦੀ ਪੇਮੈਂਟ ਕਰ ਦੇਣੀ ਹੈ, ਅਤੇ ਫਿਰ ਪੋਲਿਸੀ ਇਸ਼ੂ ਕਰਕੇ ਪ੍ਰਿੰਟ ਕਰਕੇ ਦੇ ਦੇਣਾ ਹੈ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ।